ਸਮੇਂ ਦੀ ਅਹਿਮ ਖਬਰ ਬਿਹਾਰ ਦੀ ਸਿਆਸਤ ਨਾਲ ਜੁੜੀ ਹੋਈ ਆ ਰਹੀ ਹੈ ਜਿੱਥੇ ਕਿ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅਸਤੀਫਾ ਦੇ ਦਿੱਤਾ ਹੈ ਤੇ ਇਸ ਦੇ ਨਾਲ ਹੀ ਭਾਜਪਾ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ ਰਾਜਪਾਲਨ ਦੇ ਵਿੱਚ ਉਹਨਾਂ ਨੇ ਰਾਜਪਾਲ ਨੂੰ ਅਸਤੀਫਾ ਦਿੰਦਿਆਂ ਸਟਾਰ ਹੀ ਆਪਣੀ ਨਵੀਂ ਸਰਕਾਰ ਬਣਾਉਣ ਦਾ ਦਾਵਾ ਵੀ ਜਿਹੜਾ ਕਰ ਦਿੱਤਾ ਹੈ ਦੱਸਦੀ ਹੈ ਕਿ ਉਹਨਾਂ ਨੇ 160 ਵਿਧਾਇਕਾਂ ਦੇ ਨਾਲ ਅਸਤੀਫਾ ਦਿੱਤਾ ਸੀ ਸਰਕਾਰ ਨਿਗਾਹ ਦਿੱਤੀ ਸੀ ਭਾਜਪਾ ਦੇ ਨਾਲ ਉਹਨਾਂ ਨੇ ਗਠਬੰਧਨ ਤੋੜਨ ਦਾ ਐਲਾਨ ਕਰ ਦਿੱਤਾ ਸੀ ਰਾਜ ਭਵਨ ਦੇ ਵਿੱਚ ਉਹਨੇ ਐਲਾਨ ਕੀਤਾ ਸੀ ਕਿ ਐਨਡੀਏ ਤੋਂ ਵੱਖ ਹੁੰਦੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਜਿਸ ਤੋਂ ਬਾਅਦ ਤੁਰੰਤ ਬਾਅਦ ਹੀ ਅਮੂਰਤ ਸਰਕਾਰ ਬਣਾਉਣ ਦਾ ਦਾਵਾ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ 164 ਵਿਧਾਇਕ ਉਹਨਾਂ ਦੇ ਨਾਲ ਨੇ ਤੇ ਇਸ ਦੇ ਨਾਲ ਹੀ 164 ਵਿਧਾਇਕਾਂ ਦੇ ਨਾਲ ਉਹਨਾਂ ਨੇ ਸਰਕਾਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਜਿਹੜਾ ਸਰਕਾਰ ਬਣਾਉਂਦਾ ਦਾਵਾ ਕੀਤਾ ਹੈ ਤੇ ਇਸ ਦੇ ਨਾਲ ਹੀ ਸੂਤਰਾਂ ਦੇ ਵੱਲੋਂ ਤੋਂ ਖਬਰ سامنے ਆ ਰਹੀ ਹੈ ਕਿ ਮੁਰਤੋ ਜਿਹੜੇ ਜਿਹੜੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਹੀ ਹੋਣਗੇ ਦੱਸਦੀ ਹੈ ਕਿ ਉਹਨਾਂ ਨੇ ਆ ਜਿਹੜੀ ਲਾਲੂ ਯਾਦਵ ਦੀ ਜਿਹੜੀ ਪਾਰਟੀ ਹੈ ਰਾਸ਼ਟ੍ਰ ਜਨਤਾ ਦਲ ਉਸ ਦੇ ਨਾਲ ਗਠਜੋਧਨ ਦਾ ਐਲਾਨ ਕਰ ਦਿੱਤਾ ਹੈ ਪਾਜਪਾ ਤੋਂ ਵੱਖ ਹੋਏ ਨੇ ਤੇ ਆ ਜਿਹੜੀ ਦੇ ਨਾਲ ਜੱਦੂ ਦਾ ਜਿਹੜਾ ਹੁਣ ਗਠਜੋਧਨ ਹੋ ਗਿਆ ਹੈ ਇਸ ਦੇ ਨਾਲ ਹੀ ਫਿਰ ਹੁਣ ਉਹਨਾਂ ਨੇ 164 ਵਿਧਾਇਕ ਜਿਹੜੇ ਨੇ ਹੁਣ ਉਹਨਾਂ ਦੇ ਨਾਲ ਨੇ ਹੋਨ ਉਹਨਾਂ ਨੇ ਮੁਰ ਤੋਂ ਸਰਕਾਰ ਬਣਾਉਣ ਦਾ ਦਾਵਾ ਪੇਸ਼ ਕਰ ਦਿੱਤਾ ਹੈ ਪਹਿਲਾਂ ਸਰਕਾਰ ਜਿਹੜੀ 4 ਵਜੇ ਦੇ ਕਰੀਬ ਉਹਨਾਂ ਨੇ ਰਾਜਪਾਲ ਨੂੰ ਆਪਣਾ ਅਸਤੀਫਾ ਸੌਂਪਿਆ ਸੀ ਤੁਰੰਤ ਬਾਅਦ ਉਹਨਾਂ ਨੇ ਸਰਕਾਰ ਬਣਾਉਣ ਦਾ ਦਾਵਾ ਕੀਤਾ 160 ਵਿਧਾਇਕਾ ਦੇ ਨਾਲ ਉਹਨਾਂ ਨੇ ਸਮਰਥਨ ਦੇ ਨਾਲ ਜਿਹੜੀ ਹੈ ਅਸਤੀਫਾ ਦਿੱਤਾ ਸੀ ਤੇ 164 ਵਿਧਾਇਕਾ ਦੇ ਨਾਲ ਉਹਨਾਂ ਨੇ ਪੇਸ਼ਕਸ਼ ਕਰ ਦਿੱਤੀ ਹੈ ਨਵੀਂ ਸਰਕਾਰ ਬਣਾਉਣ ਦੀ ਐਨਡੀਏ ਤੋਂ ਵੱਖ ਹੋਏ ਨੇ ਭਾਜਪਾ ਤੋਂ ਵੱਖ ਹੋਏ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਰਾਸ਼ਟਰੀ ਜਨਤਾ 당 ਲਾਲੂ ਯਾਦਵ ਦੇ ਪਾਰਟੀ ਦੇ ਨਾਲ ਜਿਹੜਾ ਉਹਨਾਂ ਨੇ ਸਰਕਾਰ ਬਣਾਉਣ ਦਾ ਗੱਟਬੰਧਨ ਕਰਨ ਦਾ ਐਲਾਨ ਕੀਤਾ ਹੈ ਰਾਭੜੀ ਦੇਵੀ ਦੇ ਨਾਲ ਇਸੇ ਵੀ ਰਾਭੜੀ ਦੇਵੀ ਦੇ ਆਵਾਜ਼ ਤੇ ਨੇ ਰਾਜਪਵੰਤੂ ਸਿੱਧਾ ਉੱਥੇ ਪਹੁੰਚੇ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਤੇਜਸਵੀ ਯਾਦਵ ਦੇ ਨਾਲ ਮੁਲਾਕਾਤ ਕੀਤੀ ਹੈ ਉੱਥੇ ਉਹਨਾਂ ਦੀ ਮੀਟਿੰਗ ਹੋਈ ਹੈ ਤੇ ਸੂਤਰਾਂ ਦੇ ਹਸਾਰੇ ਤੋਂ ਖਬਰ ਆ ਰਹੀ ਹੈ ਕਿ ਨਵੇਂ ਗੱਟਬੰਧਨ ਦੇ ਜਿਹੜੇ ਹੁਣ ਬਿਹਾਰ ਦੇ ਮੁੱਖ ਮੰਤਰੀ ਨੇ ਉਹ ਵੀ ਨਿਤਿਸ਼ ਕੁਮਾਰੀ ਹੋਣਗੇ ਇਸ ਦਿਨਾਂ ਲਈ ਇਹ ਵੀ ਗੱਲ ਦੱਸਦੀ ਹੈ ਕਿ ਭਾਜਪਾ ਦੇ ਨਾਲ ਉਹਨਾਂ ਨੇ ਦੂਸਰੀ ਵਾਰਿਆ ਗੱਟਬੰਧਨ ਤੋੜਿਆ ਹੈ 2013 ਦੇ ਵਿੱਚ ਦੋ ਦੋ 2014 ਦੇ ਵਿੱਚ ਲੋਕ ਸਭਾ ਇਲੈਕਸ਼ਨ ਸੀਗੇ ਉਸ ਤੋਂ ਪਹਿਲਾਂ ਜਦੋਂ ਪੀਐਮ ਮੋਦੀ ਨੂੰ ਲੋਕ ਸਭਾ ਦਾ ਚਿਹਰਾ ਹਿਲਾਨਿਆ ਗਿਆ ਸੀ ਉਸ ਸਮੇਂ ਵੀ ਉਹਨਾਂ ਵੱਲੋਂ ਗਠਜੰਬਨ ਤੋੜ ਦਿੱਤਾ ਗਿਆ ਸੀ 2013 ਦੇ ਵਿੱਚ ਜਿਸ ਤੋਂ ਬਾਅਦ ਇੱਕ ਵਾਰ ਮੁੜ ਤੋਂ ਜਿਹੜਾ ਉਹਨਾਂ ਨੇ ਭਾਜਪਾ ਦੇ ਨਾਲ ਅੱਜ ਗਠਜੰਬਨ ਤੋੜਦਿਆਂ ਰਾਸ਼ਟਰੀ ਜਨਤਾ ਪਾਰਟੀ ਦੇ ਨਾਲ ਜਾਂਦਾ ਐਲਾਨ ਕਰ ਦਿੱਤਾ ਰਾਸ਼ਟਰੀ ਆਜਡੀ ਦੇ ਨਾਲ ਜਾਂਦਾ ਐਲਾਨ ਕਰ ਦਿੱਤਾ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਕੀਤਾ ਹੈ ਤੇ ਖਬਰ سامنے ਆ ਰਹੀ ਹੈ ਕਿ ਹੁਣ ਮੁੜ ਤੋਂ ਜਿਹੜੇ ਅ মুখ্যমন্ত্রী ਨੇ ਨितीश ਕੁਮਾਰ ਹੋਣਗੇ ਇਸ ਤਰ੍ਹਾਂ ਦੀ ਹੋਰ ਅਪਡੇਟ ਦੇਖਣ ਲਈ ਦੇਖਦੇ ਰਹੋ ਪੰਜਾਬੀ ਬੁਲੇਟਿਨ